स्वागत है किसान वीरो तुहाडा सिदक डेयरी फार्मिंग दे विच। किसान वीरो अज जिहड़ी वीडियो बना रहे हैं पिंड रामू वाला कलां तहसील ते जिला इहनू मोगा पैंदा नेड़े पिंडे दे चड़िक जिहड़े घर चों वीडियो बना रहे हैं एक साल पहला लगातार वीडियो बनाईआं सी हफ्ते की एक अद्धी वीडियो पक्का आउंदी सी क्योंकि बाई जी उहदी शौकिया तौर दे उत्ते गावां दा वपार दा काम करदे सी सिर्फ शौक सीगा तो उहदे च गावां आउंदियां सी सारियां जिवें सामने तुसीं अज गां देख रहे हो लाल रंग दे विच मोस्टली गावां देसी क्रॉस ब्रीड गावां विक्री वास्ते इत्थे आउंदियां सी पर पिछले कुछ समय तो इन्हां ने वपार दा काम बिल्कुल बंद करता सी घर दे विच हालांकि नाग बहुत रखे हुए है क्योंकि दुध दा काम इन्हां दा जरूर हैगा शौकी आ उह भी पशु तुसीं देखोगे सोहणियां मझां मुरा नसल दियां भी इत्थे रखियां हुईआं नीली रावी च भी रखियां हुईआं आने वाले टाइम बाई जी हरी दसते भी पशु हौली हौली घटा देने क्योंकि बच्चे फॉरन सैटल है वो करके इतों मझा का काम या दुध वाला काम जो बिल्कुल लिमिटड कर देना घर की लोड़ वास्ते पशु रखने है। अज तीन नाग दिखा दूंगा जिद एक सामने मझ तुम देख रहे हो चंगे दुध वाली है सिंग जरूर यदा एक टुटिया होया एक क्रॉस ब्रीड देसी नसल च पी गां तो एक झोटा सामने तुम देख रहे हो छोटी उम्र के चंगे रिकॉर्ड वाला सो आओ गलबात बाई जी होना करते हैं तो मझ बारे डिटेल पुछते हैं फिर गां बारे पुछांगे थोनू जिहड़ा नग चंगा लग्या आके तसली करके खरीद लियो नंबर स्क्रीन ते बाई जी उहनां दा चलदा रहना बाई सत श्री अकाल सत श्री अकाल बाई जी नाम दस्सो जी अपना की हरनेक सिंह नाम जी मेरा पिंड रामू वाला कलां जी ठीक है हरनेक सिंह सरपंच है मैं पिंड दा ठीक है हरनेक बाई जी व्यापार दा काम तो मेरे ख्याल च फिर कुछ टाइम तो बिल्कुल बंद ही करता सी हां बाई जी साल डेढ़ साल हो गया बंद ही करता सी जिवें होर काम दे बहुत सीगे ठीक है इस करके बंद ही करता सी अच्छा हुण पशु फिर कढाउण दा इरादा बना लिया हाँ जी हुण पशु कटाउण दा इरादा बना लिया जी 20-25 नाग हैगे आ ठीक है दुध जोगे ही रखना दूजे पशु कटा दे जिवें जिवें तैयार होई जाणगे फिर सेल कर देंगे ਅੱਜ ਇੱਕ ਮੱਝ ਆਪਾਂ ਵੇਚਣੀ ਹੈ ਹਾਂਜੀ ਕਿੰਨਵਾ ਸੂਆ ਸੂਰ ਦੀ ਇਹ ਬਾਈ ਜੀ ਚੌਥਾ ਸੂਆ ਸੂਰ ਦੀ ਠੀਕ ਹੈ ਵੈਸੇ ਆਪਣੀ ਇਹ ਘਰ ਦੀ ਮੱਝ ਆਈ ਠੀਕ ਹੈ ਦੁੱਧ ਦਾ ਕੀ ਰਿਕਾਰਡ ਰਿਹਾ ਸਭ ਦੁੱਧ ਇਹ ਪੀਕ ਲੈਵਲ ਤੇ 17 ਕਿਲੋ ਦੁੱਧ ਦਿੰਦੀ ਹੈ ਜੀ ਠੀਕ ਹੈ ਇੱਕ ਇਹ ਠੰਡੀ ਸੀਲ ਬਹੁਤ ਆ ਇਹਦਾ ਇਹ ਸੌਖਾ ਵੀ ਭਾਵੇਂ ਬੱਚਾ ਛੱਡ ਲਓ ਨਾ ਛੱਡ ਲਓ ਜਦੋਂ ਸੂਪੀ ਤੇ ਉਵੇਂ ਵੀ ਇਹਨੂੰ ਪੱਠਿਆਂ ਦਾਣਾ ਪਾਓ ਤੇ ਉਵੇਂ ਵੀ ਮਿਲ ਪੈਂਦੀ ਹੈ ਠੀਕ ਹੈ ਹੁਣ ਦਿਨ ਕਿੰਨੇ ਲਊਗੀ ਸੂਨ ਇਹਦੇ 25 ਤਰੀਕ ਨੂੰ ਹਜੇ ਦਿਨ ਪੂਰੇ ਆ ਜੀ 25 ਨੂੰ ਅੱਜ 20 ਹੋ ਗਈ 5 ਦਿਨ ਪਏ ਆ 5 ਦਿਨ ਪਏ ਰੇਟ ਸਰਪੰਚ ਸਾਹਿਬ ਕੀ ਰੱਖਾਂਗੇ ਰੇਟ ਇਹਦਾ 80,000 ਰੁਪਈਆ ਰੱਖਿਆ ਠੀਕ ਹੈ ਖੋਲੀ ਬਾਈ ਤੋਰ ਕੇ ਦਿਖਾਈ ਦੋਸਤੋ 80,000 ਰੇਟ ਹੈ ਚੌਥਾ ਸੂਆ ਠੰਡੀ ਸੀਲ ਹੈ ਸਿੰਗੇ ਨੇ ਤੜਾਇਆ ਹੋਇਆ ਪਰ ਸੁੱਕਿਆ ਸਿੰਗ ਹੈ ਕੋਈ ਉਹਦੇ 'ਚ ਜ਼ਖਮ ਨਹੀਂ ਹੈ ਬਰੀਕ ਚਮੜੀ ਦੀ ਹੈ ਹਵਾਨਾ ਜਿਹੜਾ ਉਹ 5 ਦਿਨ ਤੇਰੇ ਦਿਨ ਪੂਰੇ ਹੋਣ 'ਚ ਪਏ ਹੈ ਥਣ ਬਹੁਤ ਸੋਹਣੇ ਦਿਖਾਉਂਦੀ ਹੈ ਅਤੇ ਹਵਾਨਾ ਵੀ ਚੰਗਾ ਦਿਖਾਉਂਦੀ ਹੈ ਬਰੀਕ ਚਮੜੀ ਦੀ ਬਿਲਕੁਲ ਕੁਛ ਦਿਨ ਕਈ ਵਾਰ ਪਸ਼ੂ ਉੱਤੇ ਵੀ ਲੈ ਜਾਂਦਾ ਪਰ ਤੁਸੀਂ ਮੇਨ 5 ਦਿਨ ਮੰਨ ਕੇ ਚੱਲੋ 25 ਤਰੀਕ ਨੂੰ ਦਿਨ ਪੂਰੇ ਕਰਦੀ ਹੈ ਥਣਾਂ ਦੀ ਚੰਗੀ ਹੈ ਹਵਾਨੇ ਦੀ ਸਾਫ਼ ਸੁਥਰੀ ਹੈ ਇੱਕ ਸਿੰਗ ਟੁੱਟਿਆ ਉਹ ਸ਼ੁਰੂ 'ਚ ਦਿਸ ਗਿਆ ਤੁਹਾਨੂੰ ਦੱਸ ਵੀ ਦਿੱਤਾ ਸੀ ਆ ਕੇ ਤਸੱਲੀ ਕਰ ਲਿਓ 80,000 ਰੇਟ ਹੈ ਮਾਨਤਾਨ ਵਿੱਚੋਂ ਹੋਊਗਾ ਕੁਛ ਰੇਟ ਘਟਣਾ ਬੰਨਦੇ ਬਾਈ ਜਿੱਥੇ ਮਰਜ਼ੀ ਬੰਨਦੇ ਸੋ ਇਹ ਤੁਸੀਂ ਚੌਥੇ ਸੂਏ ਸੂਣ ਵਾਲੀ ਮੱਝ ਸਕਰੀਨ ਉੱਤੇ ਦੇਖ ਰਹੇ ਹੋ ਜਿਹੜੀ ਵਿਕਾਊ ਆ ਇਹ ਤੋਂ ਬਿਨਾਂ ਇੱਕ ਗਾਂ ਵੀ ਬਾਈ ਜੀ ਹੋਰਾਂ ਨੇ ਵੇਚਣੀ ਹੈ ਇਹਦੇ ਬਾਰੇ ਵੀ ਗੱਲਬਾਤ ਕਰਦੇ ਹਾਂ ਸਰਪੰਚ ਸਾਹਿਬ ਇਹ ਗਊ ਕਿੰਨਵਾਂ ਸੂਆ ਸੁਣਦੀ ਹੈ ਇਹ ਗਊ ਤੀਜਾ ਸੂਆ ਸੁਣਦੀ ਹੈ ਜੀ ਠੀਕ ਹੈ ਦੁੱਧ ਦਾ ਰਿਕਾਰਡ ਕੀ ਰਿਹਾ ਦੁੱਧ ਦਾ ਇਹਦਾ ਜੀ ਪਿਛਲੇ ਪਹਿਲੇ ਸੂਏ ਤਾਂ ਇਹਨੇ ਸਾਡੇ ਕੋਲ ਦਿੱਤਾ ਸੀ 16-17 ਕਿਲੋ ਜੀ ਠੀਕ ਹੈ ਪਿਛਲੇ ਟਾਈਮ ਇਹ ਜਦੋਂ ਪਿਛਲਾ ਸੂਆ ਸੀ ਉਦੋਂ ਪੀਕ ਲੈਵਲ ਤੇ ਇਹਨੇ 20 ਕਿਲੋ ਦੁੱਧ ਦਿੱਤਾ ਸੀ ਠੀਕ ਹੈ ਐਰਕੀ ਤੀਜਾ ਸੂਆ ਐਰਕੀ ਤੀਜਾ ਸੂਆ ਇੱਕ ਇਹਦਾ ਹੋਰ ਆ ਵੀ ਇਹਦੀ ਫੈਟ ਆ ਜਿਹੜੀ 5.5 ਤੋਂ ਉੱਪਰ ਆਉਂਦੀ ਹੈ ਤੇ ਦੁੱਧ ਜਮਾ ਚਿੱਟਾ ਜੀ ਇਹਦਾ ਠੀਕ ਹੈ ਦਿਨ ਹੁਣ ਕਿੰਨੇ ਲੈ ਜੂ ਦਿਨ ਇਹਦੇ ਵੀ 25 ਤਰੀਕ ਨੂੰ ਪੂਰੇ ਹੁੰਦੇ ਆ ਜੀ 5-7 ਦਿਨ ਅਜੇ ਲੈ ਸਕਦੇ ਲੈ ਸਕਦੀ ਹੈ 2-4 ਉੱਤੇ ਵੀ ਲੈ ਸਕਦੀ ਹੈ ਜੀ ਬਣਦੀ ਬਹੁਤ ਆ ਉਦੋਂ ਤਿਆਰ ਬਹੁਤ ਹੁੰਦੀ ਹੈ ਠੀਕ ਹੈ ਰੇਟ ਇਹਦਾ ਕੀ ਰੱਖਾਂਗੇ ਸਰਪੰਚ ਸਾਹਿਬ ਰੇਟ ਇਹਦਾ 60,000 ਰੁਪਈਆ ਰੱਖਿਆ ਜੀ ਠੀਕ ਹੈ ਤੋਰੀ ਬਈ ਨੂੰ ਦੋਸਤੋ ਤੀਜਾ ਸੂਆ ਬਹੁਤ ਸੋਹਣੀ ਤਿਆਰ ਹੁੰਦੀ ਹੈ ਰੰਗ ਰੂਪ ਵੱਖਰਾ ਹੀ ਹੈ ਯੂਨੀਕ ਹੀ ਹੈ ਪਰਮਾਤਮਾ ਵੱਲੋਂ ਬਖਸ਼ਿਆ ਹੋਇਆ ਲਾਲ ਰੰਗ ਤੋ ਸੂਆ ਤੀਜਾ ਬਹੁਤ ਸੋਹਣੇ ਢਾਂਚੇ ਦੀ ਹੈ ਥਣ ਬਹੁਤ ਸੋਹਣੇ ਆ ਕਿਉਂਕਿ ਇਹ ਨਸਲ ਜਿਹੜੀ ਉਹ ਦੇਸੀ ਨਸਲਾਂ 'ਚ ਆ ਜਾਂਦੀ ਹੈ ਹਵਾਨਾ ਬਹੁਤ ਤਕੜਾ ਤਿਆਰ ਕਰਦੀ ਹੈ 20 ਕਿਲੋ ਦਾ ਰਿਕਾਰਡ ਹੈ ਸੂਆ ਐਤਕੀ ਤੀਜਾ 60,000 ਰੇਟ ਹੈ ਜਿਹਨੂੰ ਪਸੰਦ ਆਵੇ ਤਾਂ ਤੁਸੀਂ ਕੰਟੈਕਟ ਬਾਈ ਨਾ ਕਰਿਓ ਸਪੇਸ ਬਹੁਤ ਪਈ ਹੈ ਹਵਾਨੇ 'ਚ ਢਿੱਲ ਬਹੁਤ ਪਈ ਹੈ ਥਣ ਦਾ ਸਾਈਜ਼ ਤੁਸੀਂ ਦੇਖੋਗੇ ਉਹ ਵੀ ਬਹੁਤ ਚੰਗਾ ਬਹੁਤ ਸੋਹਣੀ ਗਾਂ ਦੋਸਤੋ ਸਾਹਮਣੇ ਦਿਸਦੀ ਹੈ ਜਿਹੜੀ ਵਿਕਰੀ ਵਾਸਤੇ ਹੈ ਫਿਰ ਤੋਰਾਂਗੇ ਜਦੋਂ ਇਹਨੇ ਪਾਣੀ ਪੀ ਲਿਆ ਸੋ ਦੋਸਤੋ ਦੇਖ ਸਕਦੇ ਹਾਂ ਤੁਸੀਂ ਇਹਦਾ ਥਣ ਹਵਾਨਾ ਸੋਹਣੀ ਗਾਂ 60,000 ਡਿਮਾਂਡ ਹੈ ਇਹਦੀ ਮੌਕੇ 'ਤੇ ਮਾਨਤਾਨ ਹੋਊਗਾ ਜਿਹਨੂੰ ਪਸੰਦ ਆਵੇ ਤਾਂ ਕੰਟੈਕਟ ਬਾਈ ਨਾਲ ਕਰ ਲਿਓ ਇਹ ਤੋਂ ਬਿਨਾਂ ਇੱਕ ਬੁੱਲ ਵੀ ਬਾਈ ਨੇ ਵੇਚਣਾ ਹੈ ਉਹਦੇ ਬਾਰੇ ਵੀ ਥੋੜ੍ਹੀ ਜਾਣਕਾਰੀ ਲੈ ਕੇ ਤੋਰਦੇ ਹਾਂ ਫਿਰ ਆਪਾਂ ਦੱਸੋ ਇਹ ਵੀਡੀਓ ਰੋਕਾਂਗੇ
ਸਰਪੰਚ ਸਾਹਿਬ ਜਿਹੜਾ ਇਹ ਝੋਟਾ ਆਪਾਂ ਵੇਚਣ ਲੱਗੇ ਆ, ਉਮਰ ਕਿੰਨੀ ਆ, ਦੰਦੋ ਕਿਵੇਂ? ਦੰਦੋ ਹਜੇ 2 ਦੰਦ ਆ ਜੀ। ਠੀਕ ਆ, 2 ਦੰਦ ਆ। ਹਾਂਜੀ, ਇਹ ਖਰੀਦਿਆ ਸੀ ਆਪਣਾ ਜਾਂ ਘਰ ਦੀ ਮਾਈ ਦਾ? ਆਪਣਾ ਹੀ ਮੁੰਡਾ, ਮੇਰਾ ਦੋਸਤ ਸੀਗਾ ਜੀ ਹਰਿਆਣੇ ਚ, ਉਹਨਾਂ ਤੋਂ ਲਿਆਂਦਾ ਸੀਗਾ ਜੀ। ਆਪਾਂ ਇਹ ਅਰਜਨ ਕੁੰਗੜ ਵਾਲੇ ਦਾ ਬੱਚਾ ਜੀ, ਉਹਨਾਂ ਦੇ ਪਸ਼ੂ ਕਾਫੀ ਰੱਖੇ ਆ ਉੱਥੇ। ਠੀਕ ਹੈ। ਤੇ ਇਹ ਪਹਿਲੇ ਸੂਏ ਦਾ ਸੀਗਾ, ਪਹਿਲੇ ਸੂਏ ਦੀ ਮਾਂ ਨੇ 18 ਕਿਲੋ ਦੁੱਧ ਦਿੱਤਾ ਸੀ। ਕਿਤੇ ਚਵਾਈ ਚੂਈ ਵੀ ਉਸ ਮਾਝ ਦੀ ਹੋਈ ਜਾਂ ਨਹੀਂ ਧਿਆਨ ਚ? ਇੱਦਾਂ ਉੱਥੇ ਉਹਨਾਂ ਨੇ ਪਤਾ ਨਹੀਂ ਕਰਵਾਈ ਹੈ ਕਿ ਨਹੀਂ, ਪਰ ਘਰੇ ਚੋਣ ਦਾ ਮੈਂ ਆਪਦੇ ਅੱਖੀ ਵੇਖਿਆ ਸੀਗਾ ਜੀ ਦੁੱਧ। ਠੀਕ ਹੈ। ਤੇ ਮੈਂ ਇਹਨੂੰ ਸਾਰਕਦਾ ਸੀਗਾ ਜਦੋਂ ਲਿਆ ਜੀ। ਅੱਛਾ, ਇਹ ਤੋਂ ਹੁਣ ਮੱਝਾਂ ਫਿਰ ਕ੍ਰੋਸ ਕਰਵਾ ਲਈਆਂ? ਡਾਇਰੈਕਟ ਕ੍ਰੋਸ ਕਰਵਾਈਆਂ? ਡਾਇਰੈਕਟ ਇੱਕ ਤਾਂ ਇਹੀ ਮੈਂ ਸੂਣ ਵਾਲੀ ਹੈ ਜੀ, ਇਹ ਤੋਂ ਪਹਿਲੀ ਤਾਂ ਇਹੀ ਕਰਵਾਈ ਸੀ। ਅੱਛਾ, ਇਸੇ ਬੁੱਲ ਤੋਂ ਸੂਣ ਵਾਲੀ ਹੈ ਜਿਹੜੀ ਮੱਝ ਵਾਲੀ ਆ? ਠੀਕ ਹੈ। ਜੇ ਇਹਦੂ ਬਿਨਾਂ ਹੋਰ ਵੀ ਜਿਹੜੀਆਂ ਮੋਹਰਾਂ 'ਚ ਮੱਝਾਂ ਹੈਗੀਆਂ ਉਹ ਆਪਾਂ ਇਹ ਤੋਂ ਕ੍ਰੋਸ ਕਰਾਉਂਦੇ ਜੀ। ਠੀਕ ਹੈ। ਇਹਦਾ ਰੇਟ ਕੀ ਰੱਖਾਂਗੇ ਸਰਪੰਚ ਸਾਹਿਬ? ਇਹਦਾ ਰੇਟ ਫੋਨ 'ਤੇ ਹੀ ਕਰਾਂਗੇ। ਠੀਕ ਹੈ। ਉਹ ਕੱਦ ਕਾਠ ਆ, ਸਾਫ਼ ਬਹੁਤ ਆ ਜੀ, ਅਤੇ ਹਜੇ 2 ਦੰਦ ਹੁਣ ਹੋਇਆ ਜੀ, ਇਹ ਥੋੜ੍ਹਾ ਚਿਰ ਹੀ ਹੋਇਆ, 2 ਦੰਦ ਹੋਏ ਨੂੰ ਹਜੇ। ਠੀਕ ਹੈ। ਨਹੀਂ ਪਹਿਲਾਂ ਖੀਰਾ ਹੀ ਸੀਗਾ ਜੀ। ਠੀਕ ਹੈ। ਤੋਰੀ ਬਾਈ ਦੱਸੋ, ਬਿਲਕੁਲ ਕੁੰਡੇ ਸਿੰਘਾਂ ਦਾ ਅਰਜਨ ਕੁੰਗੜ ਦਾ ਬੱਚਾ, ਮਦਰ ਮਿਲਕ ਰਿਕਾਰਡ ਪਹਿਲੇ ਸੂਏ ਦਾ 18 ਕਿਲੋ ਹਰਿਆਣੇ ਚੋਂ ਆਇਆ। ਚਿੱਟਾ ਵਾਲ ਵੀ ਹੈ ਨਹੀਂ ਜੀ। ਠੀਕ ਹੈ। ਜੈੱਡ ਬਲੈਕ ਹੈ। ਹਾਂ, ਪੂਛ ਵੀ ਕੋਈ ਚਿੱਟਾ ਵਾਲ ਹੈ ਨਹੀਂ ਜੀ। ਠੀਕ ਹੈ। ਸੋ ਦੱਸੋ, ਸਾਰਾ ਹੀ ਕਾਲਾ ਝੋਟਾ, ਪੂਛ ਵੀ ਕਾਲੀ, ਮੱਥੇ ਤੋਂ ਵੀ ਬਲੈਕ ਹੈ, ਮੱਝਾਂ ਕ੍ਰੋਸ ਕਰ ਰਿਹਾ, 2 ਦੰਦ ਹੋਇਆ, ਨੱਥ ਜ਼ਰੂਰ ਮਾਰੀ ਆ, ਪਰ ਧਲਿਆਰਾ ਹੀ ਪਾ ਕੇ ਰੱਖਿਆ ਹੋਇਆ ਵੈਸੇ ਇਹਦੇ। ਚੰਗੇ ਕੱਦ ਕਾਠ ਦਾ, ਚੰਗੀ ਡੀਲ ਡੋਲ ਦਾ ਝੋਟਾ, ਸਾਫ਼ ਸੁਥਰੇ ਅੰਗਾਂ ਪੈਰਾਂ ਦਾ, ਵੱਡੇ ਕੱਦ ਕਾਠ ਦਾ, ਜਿਹਨੂੰ ਪਸੰਦ ਆਵੇ ਕੰਟੈਕਟ ਬਾਈ ਜੀ ਰਣਾ ਕਰ ਲਿਓ, ਨੰਬਰ ਸਕਰੀਨ ਉੱਤੇ ਚੱਲੀ ਜਾਂਦਾ। ਸੋ ਦੇਖ ਸਕਦੇ ਹੋ ਤੁਸੀਂ, ਬਾਡੀ ਬੰਤਰੇ ਦੀ ਬਿਊਟੀ ਵਾਲਾ ਝੋਟਾ, ਅਰਜਨ ਕੁੰਗੜ ਦਾ ਬੱਚਾ, ਹਜੇ 2 ਦੰਦ ਹੈ, ਚੰਗਾ ਕੱਦ ਕਾਠ ਕਰੂਗਾ, ਹੋਰ ਵੀ ਵਧਣਾ ਫੁੱਲਣਾ ਇਹਨੇ, ਕਿਉਂਕਿ ਅਜੇ ਬੱਚਾ ਤਾਂ ਬੱਚੇ ਗਰੋਥ ਕਰਦੇ ਹੁੰਦੇ ਆ। ਸੋ ਅੱਜ ਦੀ ਇਸ ਵੀਡੀਓ 'ਚ ਦੋਸਤੋ ਇਹੀ 3 ਨਗ ਵਿਕਰੀ ਵਾਲੇ ਦਿਖਾਏ ਆ, ਤੁਸੀਂ ਆਪਦੀ ਪਸੰਦ ਦਾ ਪਸ਼ੂ ਖਰੀਦ ਲਿਓ। ਧੰਨਵਾਦ ਵੀਡੀਓ ਦੇਖਣ ਲਈ।